पंजाबियों की शान हुंदी है, जां कह लिया जावे कि पंजाबियों के हाथ के डांगा अक्सर ही तुसीं देखियां होणगियां। तो ये डांगा तैयार हुंदियां ने बटाला दे खालसा किरपान स्टोर दे विच, इस बजुर्ग के हत्थी तैयार कीतियां जांदियां ने ते दूर दूर तक ये सप्लाई कीतियां जांदियां ने। जे देखिया जाए तो तुसीं देख सकते हो कि आह देखो पित्तल दे कोके जड़े जां फिर पित्तल जड़ी है डांग जिहड़ी कि पंजाबियों के हत्थां च शोभदी है। ये भी डांगा वक्रे वक्रे तरीके दियां, जां कह लिया जाए पंजाबियों का कोई भी समान जिहड़ा कि पंजाबियों की सानों शोकत वधांदा है, वो इस बजुर्ग वालों अपनी इस छोटी जी फैक्टरी के अंदर तैयार किए जाते हैं। कुहाड़े का दस्ता बनाना, वधान का दस्ता बनाना, हथौड़ी का दस्ता बनाना है जी। इस तरह सानू आज देखो सेवा वास्ते आ जाते, सानू झाड़ू चाहिए जी। हाँ जी, हम झाड़ू दियाँ कड़ियाँ जड़ियाँ ये कट के बना के इन्हों किया, इन्हें हम डंडे बसाने, डंडे आप कर लेने, मतलब कोई भी काम जरा ना सानू कहो तो मैं कर। इन्नी तुसीं मेहनत कीती, मेहनत नाल अपना परिवार चलाया, फिर इत्थे काम करना, मझां नूं पालना, उन्हां नूं पट्ठे पाने, ये सारी मेहनत फिर तुसीं आप करदे रहे हो। बाद कीता इह काम जिहड़ा मैं 90 च कीता, ठीक है। मैं 78 तों जिहड़ा काम सी ना, मैं पहले ओह उम्मीदां दे विच गुजारिया, ठीक है। ये मैं 90 जाण के कीता दुकान दा काम, 90 तों इहनूं दुकान नूं खोलिया। उस तों बाद इह किराए ते हुंदी सी, किराए ते मुल लई, इंप्रूवमेंट ने मुल लाता, उह उतारिया कमेटी ने अपना की ना ਉਹ ਇੱਕ ਹੋਰ ਜਿਹੜਾ ਮਾਲਕ ਸੀ ਮਲਬੇ ਦਾ, ਉਹਨੂੰ ਮੁੱਲ ਤਾਰਿਆ ਸਾਰਾ ਤਾਰ ਕੇ, ਅਤੇ ਰਜਿਸਟਰੀ ਕਰਵਾਈ, ਅਤੇ ਇਹ ਫਿਰ ਮੇਰੀ ਫਸਲ ਮੇਰੀ ਬੱਚੇ ਹੁਣ ਦੋ ਨੇ, ਉਹ ਨੇਕ ਨੇ ਹਾਥੀ ਰੱਖਿਆ ਵਾ, ਉਹਦੇ ਵਿੱਚ ਮਾਲ ਲੱਗਦੇ ਆ, ਬਾਹਰੋਂ ਵੀ ਕੋਈ ਜਾ ਕੇ ਮਾਲ ਸਪਲਾਈ ਕਰ ਲੈਂਦੇ ਆ। ਇੱਕ ਡਾਂਗ ਵਧੀਆ ਡਾਂਗ ਜਿਹੜੀ ਕੋਕੇ ਜੜੀ ਹੋਵੇ, ਪਿੱਤਲ ਜੜਿਆ ਹੋਵੇ, ਕਿੰਨਾ ਸਮਾਂ ਲੱਗ ਜਾਂਦਾ ਇੱਕ ਡਾਂਗ ਨੂੰ ਤਿਆਰ? ਦੇਖੋ ਜੀ, ਮੇਰੇ ਹਿਸਾਬ ਨਾਲ ਮੈਂ ਇੱਕ ਡਾਂਗ ਤਾਂ ਤਿਆਰ ਨਹੀਂ ਹੁੰਦੀ, ਇੱਕ ਡਾਂਗ ਇਸ ਤਰ੍ਹਾਂ ਤਿਆਰ ਹੁੰਦੀ ਆ ਕਿ ਤਕਰੀਬਨ ਸਮਝੋ ਅਸੀਂ ਇੱਕ ਗੱਠਾ ਵੱਢਦੇ ਹਾਂ, ਉਹਦੀ 30 ਦਾਣੇ ਆ, ਅਸੀਂ 30ਾਂ 'ਚੋਂ ਵੱਢ ਕੇ ਸਾਨੂੰ ਉਹ 'ਚ 10 ਕੁ ਡਾਂਗਾਂ ਲੱਭਦੀਆਂ, 10ਾਂ ਦੇ ਵਿੱਚੋਂ ਜਿਹੜੀਆਂ ਲੱਭਦੀਆਂ ਉਹ 4 ਬਿਲਕੁਲ ਅੱਬਲ ਹੁੰਦੀਆਂ, ਉਹ 4 ਜਿਹੜੀਆਂ ਅਸੀਂ ਉਹਨਾਂ ਨੂੰ ਉੱਪਰਲਾ ਸਮ ਥੱਲਾ ਸਮ ਇਹ ਉਹ ਦੂਜੇ ਅਸੀਂ ਜਿਹੜੇ ਉਹ ਗੰਢਾਂ ਨੂੰ ਵੱਢ ਦੇਣਾ। ਕਿੰਨਾ ਟਾਈਮ ਲੱਗ ਜਾਂਦਾ ਫਿਰ ਇੱਕ ਡਾਂਗ? ਦੇਖੋ ਜੀ, ਉਸ ਮਾਲ ਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਤਕਰੀਬਨ ਲੱਗ ਜਾਂਦਾ, ਇੱਕ ਹਫ਼ਤੇ ਬਾਅਦ ਤੁਹਾਨੂੰ ਉਹ ਜਿਹੜੀ 30ਾਂ ਡਾਂਗਾਂ 'ਚੋਂ ਇੱਕ ਡਾਂਗ ਹੈ ਨਾ ਉਹ ਮਿਲੇਗੀ। ਭੰਗੜੇ 'ਚ ਮੈਂ ਤੁਹਾਨੂੰ ਬਾਅਦ ਵੀ ਦੱਸਿਆ ਸੀ, ਇੱਕ ਸੱਪ ਤਿਆਰ ਕਰਦੇ ਹਾਂ, ਇੱਕ ਖੂੰਡਾ ਤਿਆਰ ਕਰਦੇ ਹਾਂ, ਇੱਕ ਗਾਲੜ ਤਿਆਰ ਕਰਦੇ ਹਾਂ, 3 ਚੀਜ਼ਾਂ ਇਹ ਭੰਗੜੇ ਦੀਆਂ ਅਹਿਮ ਹੁੰਦੀਆਂ ਨੇ। ਉਸ ਤੋਂ ਬਾਅਦ ਜਿਹੜਾ ਵਾ ਉਹ ਅਸੀਂ ਗੁੱਜਰਾਂ ਦੇ ਡੰਗਰਾਂ ਚਾਰਨ ਵਾਸਤੇ ਸੂਟੀਆਂ ਜਿਹੜੀਆਂ ਉਹ ਬਣਾਉਂਦੇ ਹਾਂ, ਉਹ ਇੱਥੋਂ ਤੱਕ ਬਣਾਉਂਦੇ ਹਾਂ ਕਿ ਉਹ ਜੰਮੂ ਤੱਕ ਜਾਂਦੀਆਂ ਨੇ। ਹਾਂਜੀ, ਅਸੀਂ ਬ੍ਰਹਮਪੁਰ ਤੱਕ ਦੁਕਾਨਦਾਰ ਲੁਹਾਰਾਂ ਨੂੰ 40-40, 50-50 ਇਕੱਠੀਆਂ ਵੀ ਦੇ ਦਿੰਦੇ ਹਾਂ, ਅਤੇ ਅੱਜ ਤੋਂ ਕੋਈ ਪਹਿਲਾਂ 5-7 ਸਾਲ ਮੈਂ ਇੱਕ ਹੀ ਮੈਂਬਰ ਰੱਖਿਆ ਸੀ ਜਿਹਨੂੰ ਮੈਂ ਦਿੰਦਾ ਸੀ ਦੀਨਾ ਨਗਰ ਦਾ, ਅਤੇ ਹੁਣ ਫਿਰ ਬੇਟਾ ਕਹਿਣ ਲੱਗਾ ਕਿ ਅਸੀਂ ਸਾਰਿਆਂ ਨੂੰ ਦੇਣਾ, ਅਸੀਂ ਬਹੁਤਾ ਬਣਾਉਣਾ ਅਤੇ ਅਸੀਂ ਬਹੁਤਾ ਦੇਣਾ, ਹੁਣ ਸਾਰੇ ਬਹੁਤਾ ਬਣਦਾ ਵਾ, ਮੇਰਾ ਵੀ ਦਿਲ ਲੱਗਾ ਰਹੇਗਾ। ਖੇਡੋ ਪੰਜਾਬ ਦੇ ਵਿੱਚ ਜਿਹੜਾ ਮੁਖੀ ਸੀ ਜਿਹਨੇ ਭੰਗੜੇ ਦਾ ਸਮਾਨ ਇਕੱਠਾ ਕਰਕੇ ਦੇਣਾ ਸੀ, ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਸਾਨੂੰ ਇੱਦਾਂ ਸੱਪ ਦੇ ਗਾਲੜ ਚਾਹੀਦੇ ਆ, ਅਤੇ ਐਟ ਏ ਟਾਈਮ ਚਾਹੀਦੇ ਆ, ਅਤੇ ਕਿੰਨੀ ਕੁ ਕੁਆਂਟਿਟੀ ਚਾਹੀਦੀ ਆ? ਕਹਿਣ ਲੱਗੇ ਵੀ ਸਾਨੂੰ 400 ਪੀਸ ਚਾਹੀਦਾ, ਇਹਨੇ ਕਿਹਾ ਵੀ ਅਸੀਂ ਦੇ ਦਾਂਗੇ, ਇਹਨੇ ਕਿਹਾ ਬਾਬਾ ਕਿਸ ਤਰ੍ਹਾਂ ਕਿੱਦਾਂ ਵਾ, ਮੈਂ ਬੇਟਾ ਇੰਨਾ ਕਦੇ ਮੈਂ ਤਿਆਰ ਕਰਕੇ ਰੱਖਿਆ ਸੀ। ਹਾਂਜੀ, ਉਹ ਫਿਰ 400 ਪੀਸ ਅਸੀਂ ਇੱਥੋਂ ਉਹਨੂੰ ਭੇਜਿਆ, ਉੱਥੇ ਉਸ ਟਾਈਮ ਬਾਰਿਸ਼ ਹੋ ਰਹੀ ਸੀ, ਰਾਤ ਦਾ ਫੰਕਸ਼ਨ ਸੀ, ਉਹਦੇ ਉੱਤੇ ਉਹਨਾਂ ਨੇ ਉਹ ਖੁੰਡੇ ਦੇ ਉੱਤੇ ਨਾ ਫਿਰ ਲੜੀਆਂ ਜਗਨ ਵਾਲੀਆਂ ਚਾਈਨਾ ਉਹ ਲਾ ਦਿੱਤੀਆਂ, ਉਹਦੇ ਨਾਲ ਰਾਤ ਦੇ ਪ੍ਰੋਗਰਾਮ ਵਿੱਚ ਹੋਰ ਜਿਹੜਾ ਭੰਗੜੇ ਦਾ ਸਾਡੇ ਕੋਲ ਭੰਗੜੇ ਦੇ ਪ੍ਰੋਪ ਆਲ ਪ੍ਰੋਪ ਬਜ਼ੁਰਗਾਂ ਦੇ ਫੜਨ ਵਾਲੀਆਂ ਖੁੰਡੀਆਂ ਸਾਰੀਆਂ ਆਲ ਅਲਮੀਨੀਅਮ ਆਇਰਨ ਵੂਡਨ, ਉਸ ਤੋਂ ਬਾਅਦ ਜੀ ਗੁੱਜਰਾਂ ਦੀਆਂ ਲਾਠੀਆਂ, ਨਿਹੰਗਾ ਸਿੰਘਾਂ ਦੇ ਸ਼ਸਤਰ ਸਾਰੇ ਆਲਰੇਡੀ ਅਸੀਂ ਤਿਆਰ ਕਰਦੇ ਹਾਂ, ਅਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਸਾਡੇ ਫਾਦਰ ਨੇ ਸਾਨੂੰ ਇੰਨਾ ਵਧੀਆ ਕੰਮ ਮਤਲਬ ਦਿੱਤਾ ਵਾ। ਪੰਜਾਬੀਆਂ ਦੀ ਸ਼ਾਨ ਭੰਗੜਾ ਅਤੇ ਪੰਜਾਬੀਆਂ ਦੀ ਜਿੰਦ ਜਾਨ ਭੰਗੜਾ। ਭੰਗੜਾ ਕਹਿੰਦੇ ਹਨ ਕਿ ਜਦੋਂ ਢੋਲ ਦੇ ਉੱਤੇ ਥਾਪ ਵੱਜਦੀ ਹੈ ਤਾਂ ਭੰਗੜਾ ਆਪਣੇ ਆਪ ਹੀ ਪੰਜਾਬੀਆਂ ਦੇ ਅੰਦਰੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਢੋਲ ਦੀ ਥਾਪ 'ਤੇ ਜਿਹਨੇ ਭੰਗੜਾ ਸਿੱਖਿਆ ਹੁੰਦਾ ਹੈ ਉਹ ਖੁਦ ਬਾ ਖੁਦ ਹੀ ਭੰਗੜਾ ਪਾਉਣ ਲੱਗ ਪੈਂਦਾ ਹੈ। ਪਰ ਜੇ ਦੇਖਿਆ ਜਾਵੇ ਤਾਂ ਇਸ ਭੰਗੜੇ ਦੇ ਵਿੱਚ, ਇਸ ਭੰਗੜੇ ਦੀ ਸ਼ਾਨੋ ਸ਼ੌਕਤ ਵਧਾਉਣ ਦੇ ਲਈ ਜਿਹੜੀਆਂ ਚੀਜ਼ਾਂ ਭੰਗੜਾ ਪਾ ਰਹੇ ਪੰਜਾਬੀਆਂ ਦੇ ਵੱਲੋਂ ਵਜਾਈਆਂ ਜਾਂਦੀਆਂ ਹਨ ਜਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਉਹ
बटाला दी एक स्टोर है खालसा किरपान स्टोर जिथे के एक बजुर्ग वालों अपने हत्थी तैयार कीतियां जांदियां हैं। भंगड़े दे विच चाहे काटो कह लिए जां फिर कह लिए सप जां फिर कह लिए होर वस्तुआं जिहड़ियां डांगा हो गईयां जां फिर पित्तल दा जड़िया डांगा हो गईयां वह सारियां इस बजुर्ग वालों तैयार कीतियां जांदियां हन जिहड़े कि भंगड़े दे विच इस्तेमाल हुंदियां ने। ते पंजाबी अपने घरां दे विच वी इन्हां डांगा नूं रखदे हन शानो शौक दे तौर ते। देखा जाए तो पुराने बजुर्ग जिहड़े हुंदे ने उन्होंने चादरा कुर्ता पा के टुल्ले वाली पग सजा के हाथ च पित्तल दे कोके जड़े डांग पकड़ी हुंदी है जिहड़ा कि पंजाबियों की शान वधाउंदियां ने। ये डांगा भी इस बजुर्ग वालों तैयार कीतियां जांदियां ने। गल की जाए जिला गुरदासपुर समेत जां फिर जम्मू तक गल की जाए तो एक ही ऐसा कारीगर है जो कि बटाले दे रहण वाले ने बाबा सुविंदर सिंह। तुसीं देख सकते असीं उन्हां दे इस स्टोर ते पहुंचे हाँ। इत्थे तुहानूं हर तरह दीआं डांगां जिहड़ियां ने ओह मिल जाणगीआं चाहे किसे तरह दीआं वी डांग होवे चाहे पित्तल जड़ी होवे जां फिर लोहा जड़िया होवे जां फिर तुसीं देख सकते हो कि भंगड़े दे विच इस्तेमाल होण वाले जिहड़े सप हुंदे ने ओह वी इत्थे तैयार किए जाते हैं। दूसरियां होर चीज़ा भी तैयार कीतियां जाते हैं। वध तो वध ये चीज़ा बना के सप्लाई करते हैं। तो ये एक ऐसे कारीगर हैं जो कि बटाला तो लैके जम्मू तक एक ही कारीगर है इन चीज़ों को तैयार करने वाला। तुसीं देख सकते हो कि 65 साल की उम्र हो गई है पर हाले भी इस किते नूं अपनाया होया है। तो इस तरीके दीआं चीज़ां जिहड़ियां ने इन्हां वल्लों तैयार जिहड़ियां ने ओह कीतियां जांदियां ने। दूसरे पासे जे गल कर ली जाए तो तुसीं देख सकते हो कि जिहड़े आम पंजाबियों की शान हुंदी है जां कह लिया जाए कि पंजाबियों के हाथ 'च डांगा अक्सर ही तुसीं देखियां होणगियां। तो ये डांगा तैयार हुंदियां ने बटाला दे खालसा किरपान स्टोर दे विच इस बजुर्ग दे हत्थी तैयार कीतियां जांदियां ने ते दूर दूर तक ये सप्लाई कीतियां जांदियां ने। जे देखा जाए तो तुसीं देख सकते हो कि आह देखो पित्तल दे कोके जड़े जां फिर पित्तल जड़ी है डांग जिहड़ी कि पंजाबियों दे हत्थां 'च शोभदी है। ये भी डांगा वक्रे वक्रे तरीके दीआं जां कह लिया जाए पंजाबियों का कोई भी समान जिहड़ा कि पंजाबियों की शानो शौकत वधांदा है वह इस बजुर्ग वालों अपनी इस छोटी जी फैक्ट्री के अंदर तैयार किए जाते हैं। 65 साल के करीब उम्र हो चुकी है पर हाले भी इस किते नूं अपना रख्या है। तो इन्हों की इस कारीगरी की सिफत की गल करिए दूर दूर तक इन्हों की इस कारीगरी की सिफत होंदी है। तो लोग इन्हां कोलों आर्डर से ये चीज़ा बनवाते हैं तो इन्हों का यह समान जिहड़ा है दूर दूर तक सप्लाई हुंदा है। भंगड़े दीआं टीमां आर्डर दे के इन्हां कोल यह समान सारा तैयार करवाउंदियां हन दूर दूर तक इन्हां कोल यह समान सारा पहुँचता है। गलबात कर लें कि कदों तो यह काम शुरू किया है तो किस तरीके इन्हों का काम चल रहा है। बाबा जी थोड़े नाल गलबात करनी चाहवांगे जे इनू मशीन नू थोड़ा बंद कर लिए तो हाँ तुसीं इनू बंद कर लो क्योंकि आवाज़ फिर विच जी जे तुसीं देख सकते हो कि अपने काम नू करदिआं होइआं इन्हां नू असीं रुकवाया है। गलबात कर लैंदे इन्हां दे नाल की कहना चाहुंदे ने क्योंकि अक्सर ही ये चीज़ा जिहड़ियां ने साडे पंजाब दे सभ्याचार च इस्तेमाल हुंदियां ने साडे कल्चर दे विच सभ्याचार च इस्तेमाल हुंदियां ने। बाबा जी तुसीं पहला सब तो पहला तो सानू अपना नाम दसो जी। सर मेरा नाम है सुरिंदर सिंह। सुरिंदर सिंह जी उम्र किन्नी हो गई है इस वेले? देखो जी मेरा 69 का जन्म है। ठीक है। चोट पूरी हो चुकी मेरे हिसाब नाल। ठीक है। 65वां साल लगा। ठीक है। ते जेड़ा मैं गल सुनी है कि बटाला तो लैके जम्मू तक एक तुसी ही कारीगर है वो जिहड़े ये चीज़ा सारिया तैयार कर दिया ने जो कुछ मैं बोल के अपने दर्शकों को दसिया केवल तो केवल तुहाडे हत्थी तैयार होकर दूर दूर तक विदेशों तक पूरे पंजाब च पूरे देश च जांदियां ने। हाँ जी बाहर तक भी जांदियां ने। जो बाहरों कोई NRI आता है तो वह साड़ी दुकान पर आता है। साड़ी दुकान सिटी रोड पर है खालसा किरपान स्टोर खालसा जनरल स्टोर दोवें फर्मा जो दुकान पर है। तो मैं इधर जड़े या मैनुफैक्चरिंग करता वहाँ तो सानू आर्डर दे देंगे भी सानू एक खुंडे या टैची पै के चल जाए एडे लंबे नहीं जाते असी उन्होंने फिर एक दे दो पार्ट कर देने दो पार्ट करके उत्थे जाके फिर वन पार्ट कर लेंगे और बड़े खुश होंगे तो मैनू भी मेरी रोटी रोजी जी पूरी रज के दे के जाते। कदों तो ये कारीगर जी कारीगरी है कदों तो शुरू की है कि उम्र से उदों तुहाड़ी तो किहदे कोलों सीखी सी ये कारीगर? देखो जी मैं अंडर 10वीं है उदो मैं 10वीं पढ़ता सी ते मेरे पिता जी बीमार हो गए ते उस दुकान ते मैनू बैठना पिया ते सारे परिवार का गुजारा करना पिया जिन्हां च असी चार भैन ते चार भैणा ते चार असी भरा सी ते असी फिर उस परिवार च रह के जिस तरह भी साढ़े को गुजारा होया। मैं तकरीबन दसा तो तुहानू की दसा
कि मेरे साथी हरदेव सिंह नूं पता जिहड़ा मेरे नाल जम्मिया पलिया जिथों हुण तक 65 साल तक पहुंचे हाँ कि मैं 13 मईआं नूं पट्ठे पाए आ जद कि मेरे एक बच्चे ने मैंने कभी एक मझ नूं भी नहीं पाए होणगे। ठीक है, इस करके मैं 13 मझां नूं पट्ठे पा के उहदे डोके चुंगे होए आ। और दूजे नंबर ते मेरा प्यो कहण लगा सी कि बेटा मैं देह दुकान जिहड़ी है तैनूं देनी आ, होर नहीं किसे नूं देनी, क्योंकि जी कला तेरे च वो दिख होर किसी चीज। फिर यह सारी कारीगरी जी है फिर कला जी अपने फादर को सीखी? ये जड़ियाँ मैं अपने बाबा जी को सीखे जी, जेडे मेरे बाबा जी के पिता जी सन उन्होंने को मैं सीखी। उन्होंने को सीखन करके फिर मैं उन्होंने को किस तरह सीखी कि वह बीमार पै गए तो रोन लग पे, तो कह लगे मेरे हजार जड़े ने रुल जाने ने। तो मैं जो बाबा विश्वकर्मा जी वाल नमस्कार किया तो मैं कुछ चमक दफ दिसी कि तू बई कुछ कर सकता कुछ बना सकता, तो तवज्जो सी। तो 10वीं दे विच मैं सार्जेंट रहा, NCC सीखी सी, मैनू अपने आप च फिट रहना पोजिशन च रहना सिर तो पैरों तक देखना कि मैं की हाँ, तो इस तरह दे शौक सन। तो वह मैं NCC जो सीख के तो 1.5 इंची ग्रुप भी बनाया, तो फिर मैं इन्ना का शौक पै गया लो जी अपने फौज वास्ते लुकिया कुछ कर दिया। तो मैं केवल अपने बजुर्गों वास्ते खूंडी तैयार करा, अपने गतके लिए अपने सिंघां लई कुछ गतके का समान तैयार करा, तो मैं जरा कुदरती तौर पर एक रीत विखा दौ तो दूजी रीत मैं तैयार कर दिता है। इस तरह करके मैं हथे तो जो जो मैं बनाए काम करना शुरू किया तो मेरे बाबा ही कह लगे बेटा किन्ने पीस पाए, मैं क्या 10, वो कहते 10 नहीं बनाने 4 बनाने आ। मैं वो क्यों? कहते 4 इस करके बनाने कि तू एक्यूरेसी नहीं बनाने, 10 तो एक्यूरेसी नहीं होनी, तेरे 4 उन्ने के बिकने वो 10 उन्ने के बिकने। हूँ मेरी उही पोजिशन है कि मैं जिन्ने पैसे मैं मंगना उन्ने दे के जाते हैं, कभी मैं ये नहीं भी आ लो लो लो, तो यह मैं कभी दुकान पर भी नहीं काम किया। तो इधर मैं 16 का आया वहाँ, 2 मेरे बेटे आ, दोनों की छाती की है, वड्डा बेटा जोड़ा मेरा वो तुम देख लिया, छोटा बेटा जोड़ा सहरे गया से अज नानके आ, उन्होंने मदर भी नानके आ, साथ देंगे फिर इस काम बेटे बेटा जोड़ा छोटा वा वड्डा तो दुकान से हों, तो छोटा जोड़ा देखा भी अज सू बहर का कोई ऑर्डर नहीं है, तो फिर वो जरा वो मेरे ना इधर काम करा लेंदा है, पर पॉलिश का काम हुंदा है जी, सारी पॉलिश की हुई है, छोटी जी है 2400 से जाने 100 रुपए की पर पीस जाने। इस तरह करके कच्चा माल मैं लेना बाहरों अंबाले तो, फिर मैं सारी ये जड़ी पोजीशन अंबाले तो मंगाते मतलब कच्चा माल इधर पंजाब च नहीं मिल पाता? नहीं इधर जरा नहीं मिलता, इधर जलंधर वाले लियांदे आ, फिर उन्हें कुछ कमाना होंदा जिस भाव उन्होंने आता उस भाव मैं मिल जाता है। ये जी लकड़ होंगी है खास किस्म की होंगी कोई लकड़ जिन्ना तो यह डांगा ज सारा समान तैयार कर? 2 किस्म ऐसा ने जड़िया, फर्स्ट है यह जी छोटी मट्टी है जिन्होंने कहते हैं बिल्कुल छोटी छोटी मट्टी, एक इनू तो एक वो परले पास मेरे को लगा वो माल लगा हुआ है जिदा मैं कुहाड़े का दस्ता बनाना, वधान का दस्ता बनाना, थौड़ी का दस्ता बनाना। हाँ जी इस तरह सानू देखो सेवा वास्ते आ जाते सानू झाड़ू चाहिए जी। हाँ जी हम झाड़ू दियाँ कड़ियाँ जड़ियाँ ये कट के बना के इन्हों किया इन्हें हम डंडे बसाने डंडे आप कर लेने, मतलब कोई भी काम जरा ना सू कहो जे गल की जाए तो जे पंजाबियों की आम शान गिनी जाती है डांगा जो डांगा तैयार करते हो चाहे वह खुंडे वाली डांग हो सिंपल डांग होके जड़ी डांग हो पित्तल जड़ी डांग हो वैरायटियां तैयार करते हो? देखो जी मेरे को तो जी दो किस्म की जी क्वालिटी है ना मैं उ अब्बल गिनदा, एक छोटी मट्टी तो एक जी अपना कहते मकेरिया की, मकेरिया का जो जंगल है ना बहुत वधिया वो लाठी मैं पसंद करदा, तो एक है निक्की मट्टी नूं पसंद करदा मैं। इहदा मतलब जदों तुहानूं फादर ने यह काम सौंप दिता उस तो बाद तुसीं जिहदा दस्सिया कि 4 भैणां ते 4 भरा ही तुसीं बहुत जिम्मेवारी तुहाडे मोढ़ियां ते आ गई ही, फादर को काम नहीं सी हुंदा उहनां ने तुहानूं इह काम सौंप दिता, उस तो बाद फिर जिहड़ा परिवार का सारा गुजारा इसे काम तो चलता रहा? नहीं जी साडे को 13 मझां सन, 13 मझां जिहड़ियां सी उह जिहड़ियां सन मतलब दुध शाम नूं पट्ठे लियाईदे सी जाईदे सी सारा भार चुक्या सी घोड़ी रेड़ा रखिया सी, उह उमरपुरे जाके हुकम सिंह दे पट्ठे दे सामने कौर कहिंदे आ उहनां नूं सन किलिया उन्होंने को पहले भी ठेके ले ही वह भी फिर मैं आप भाई साल के दुकान बंद करके
ਤੇ ਜੇ ਜਿੱਦਾਂ ਤੁਸੀਂ ਦੱਸਿਆ ਵੀ ਇੰਨੀ ਤੁਸੀਂ ਮਿਹਨਤ ਕੀਤੀ, ਮਿਹਨਤ ਨਾਲ ਆਪਣਾ ਪਰਿਵਾਰ ਚਲਾਇਆ, ਫਿਰ ਇੱਥੇ ਕੰਮ ਕਰਨਾ, ਮੱਝਾਂ ਨੂੰ ਪਾਲਣਾ, ਉਹਨਾਂ ਨੂੰ ਪੱਠੇ ਪਾਉਣੇ, ਇਹ ਸਾਰੀ ਮਿਹਨਤ ਫਿਰ ਤੁਸੀਂ ਆਪ ਕਰਦੇ ਰਹੇ ਹੋ? ਮੈਂ ਬਾਅਦ ਕੀਤਾ ਇਹ ਕੰਮ, ਜਿਹੜਾ ਮੈਂ 90 ਚ ਕੀਤਾ। ਠੀਕ ਹੈ। ਮੈਂ 78 ਤੋਂ ਜਿਹੜਾ ਕੰਮ ਸੀ ਨਾ, ਮੈਂ ਪਹਿਲੇ ਉਹ ਉਮੀਦਾਂ ਦੇ ਵਿੱਚ ਗੁਜ਼ਾਰਿਆ। ਠੀਕ ਹੈ। ਇਹ ਮੈਂ 90 ਜਾਣ ਕੇ ਕੀਤਾ ਦੁਕਾਨ ਦਾ ਕੰਮ। 90 ਤੋਂ ਇਹਨੂੰ ਦੁਕਾਨ ਨੂੰ ਖੋਲਿਆ। ਉਸ ਤੋਂ ਬਾਅਦ ਇਹ ਕਿਰਾਏ ਤੇ ਹੁੰਦੀ ਸੀ, ਕਿਰਾਏ ਤੇ ਮੁੱਲ ਲਈ, ਇੰਪਰੂਵਮੈਂਟ ਨੇ ਮੁੱਲ ਲਾਤਾ, ਉਹ ਤਾਰਿਆ ਕਮੇਟੀ ਨੇ ਆਪਣਾ, ਕੀ ਨਾਂ ਉਹ ਇੱਕ ਹੋਰ ਜਿਹੜਾ ਮਾਲਕ ਸੀ ਮਲਬੇ ਦਾ, ਉਹਨੂੰ ਮੁੱਲ ਤਾਰਿਆ ਸਾਰਾ, ਤਾਰ ਕੇ ਇਹ ਰਜਿਸਟਰੀ ਕਰਵਾਈ। ਅਤੇ ਇਹ ਫਿਰ ਮੇਰੀ ਫਰਮ, ਮੇਰੀ ਬੱਚੇ ਹੁਣ ਦੋ ਨੇ, ਉਹ ਨੇਕ ਨੇ, ਹਾਥੀ ਰੱਖਿਆ ਵਾ, ਉਹ ਉਹਦੇ ਵਿੱਚ ਮਾਲ ਲੱਗਦੇ ਆ, ਬਾਹਰੋਂ ਵੀ ਕੋਈ ਲੈ ਕੇ ਮਾਲ ਸਪਲਾਈ ਕਰ ਲੈਂਦੇ ਆ, ਅਤੇ ਰੋਟੀ ਦਾ ਗੁਜ਼ਾਰਾ ਵਧੀਆ ਹੁੰਦਾ, ਖੁਸ਼ ਹੁੰਦਾ ਪਰਿਵਾਰ ਮੇਰੇ ਨਾਲ। ਜੇ ਗੱਲ ਕੀਤੀ ਜਾਵੇ ਤਾਂ ਇੱਕ ਡਾਂਗ, ਵਧੀਆ ਡਾਂਗ ਜਿਹੜੀ, ਕੋਕੇ ਜਿਹੜੀ ਹੋਵੇ, ਪਿੱਤਲ ਜੜਿਆ ਹੋਵੇ, ਕਿੰਨਾ ਸਮਾਂ ਲੱਗ ਜਾਂਦਾ ਇੱਕ ਡਾਂਗ ਨੂੰ ਤਿਆਰ ਕਰਨ 'ਚ? ਦੇਖੋ ਜੀ, ਮੇਰੇ ਹਿਸਾਬ ਨਾਲ ਮੈਂ ਇੱਕ ਡਾਂਗ 'ਤੇ ਤਿਆਰ ਨਹੀਂ ਹੁੰਦੀ। ਇੱਕ ਡਾਂਗ ਇਸ ਤਰ੍ਹਾਂ ਤਿਆਰ ਹੁੰਦੀ ਆ ਕਿ ਤਕਰੀਬਨ ਸਮਝੋ ਅਸੀਂ ਇੱਕ ਗੱਠਾ ਵੱਢਦੇ ਹਾਂ, ਉਹਦੀ 30 ਦਾਣੇ ਆ, ਅਸੀਂ 30 ਚੋਂ ਵੱਢ ਕੇ ਸਾਨੂੰ ਉਹ 'ਚ 10 ਕੁ ਡਾਂਗਾਂ ਲੱਭਦੀਆਂ, 10 ਦੇ ਵਿੱਚੋਂ ਜਿਹੜੀਆਂ ਲੱਭਦੀਆਂ ਉਹ 4 ਬਿਲਕੁਲ ਲੱਭਲ ਹੁੰਦੀਆਂ, ਉਹ 4 ਜਿਹੜੀਆਂ ਅਸੀਂ ਉਹਨਾਂ ਨੂੰ ਉੱਪਰਲਾ ਸੰਮ, ਥੜਲਾ ਸੰਮ, ਇਹ ਉਹ ਦੂਜੇ ਅਸੀਂ ਜਿਹੜੇ ਉਹ ਗੰਢਾਂ ਤੋਂ ਵੱਢ ਦੇਣਾ। ਕਿੰਨਾ ਟਾਈਮ ਲੱਗ ਜਾਂਦਾ ਫਿਰ ਇੱਕ ਡਾਂਗ ਨੂੰ ਤਿਆਰ ਕਰਨ 'ਚ? ਦੇਖੋ ਜੀ, ਉਸ ਮਾਲ ਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਤਕਰੀਬਨ ਲੱਗ ਜਾਂਦਾ। ਠੀਕ ਹੈ। ਇੱਕ ਹਫ਼ਤੇ ਬਾਅਦ ਤੁਹਾਨੂੰ ਉਹ ਜਿਹੜੀ 30 ਡਾਂਗਾਂ 'ਚੋਂ ਇੱਕ ਡਾਂਗ ਹੈ ਨਾ, ਉਹ ਮਿਲੇਗੀ। ਠੀਕ ਹੈ। ਅਤੇ ਇਹ ਇੰਨੀ ਮਿਹਨਤ ਕਰਨੀ, ਇੱਕ ਹਫ਼ਤਾ ਪਹਿਲਾਂ ਉੱਤੇ ਆਪਣੀ ਮਿਹਨਤ ਲਾਉਣੀ, ਫਿਰ ਇੰਨੇ ਗੱਠੇ ਵਿੱਚੋਂ ਇੱਕ ਡਾਂਗ ਵਧੀਆ ਤਿਆਰ ਕਰਨੀ, ਵਧੀਆ ਕੁਆਲਿਟੀ ਦੀ, ਅਤੇ ਫਿਰ ਮੁੱਲ ਪੈ ਜਾਂਦਾ ਇੰਨੀ ਮਿਹਨਤ ਦਾ, ਜਾਂ ਲੋਕ ਪੈਸੇ ਖਰਚਦੇ? ਮੈਨੂੰ ਮਿਲਦੇ ਆ, ਮੈਨੂੰ ਮੂੰਹ ਮੰਗੇ ਮਿਲਦੇ ਆ। ਉਹ ਕਿਸ ਤਰ੍ਹਾਂ ਮਿਲਦੇ ਆ ਕਿ ਕਹਿੰਦੇ, ਸਿਆਣਿਆਂ ਨੇ ਤਾਂ ਬੜਾ ਕੁਛ ਕਿਹਾ, ਮੈਂ ਆਪਣੀ ਹੱਡ ਵਿੱਚ ਹੀ ਦੱਸਣਾ ਅਤੇ ਮੈਂ ਇੱਥੋਂ ਉਹਨਾਂ ਸੁਸਾਇਟੀ ਦੇ ਨਾਲ, ਸੁਖਮਨੀ ਸਾਹਿਬ ਸੁਸਾਇਟੀ ਦਾ ਅੰਤਰਰਾਸ਼ਟਰੀ ਦਾ ਮੈਂਬਰ ਸਾਂ, ਅਤੇ ਅਸੀਂ ਯਾਤਰਾ 'ਤੇ ਚਲ ਗਏ ਅਨੰਦਪੁਰ ਸਾਹਿਬ, ਅਤੇ ਉੱਥੇ ਮੈਂ ਆਪਣੇ ਛੋਟੇ ਬੇਟੇ ਨੂੰ ਖੜਿਆ, ਉਹਨੇ ਬੀ ਏ ਕੀਤੀ ਸੀ ਨਾਲ, ਉਹਦਾ ਕੰਮ ਆਪਣਾ ਕੋਰਸ ਕੀਤਾ ਸੀ ਟੈਕਨੀਕਲ ਇੰਜੀਨੀਅਰਿੰਗ ਦਾ, ਅਤੇ ਉਹਨੇ ਨਹੀਂ ਉਸ ਪਾਸੇ ਰੁਚੀ ਦਿੱਤੀ। ਦੋਨਾਂ ਭਰਾਵਾਂ ਨੂੰ ਮੈਂ ਕਿਹਾ ਮੈਂ ਕਰੋ, ਫਿਰ ਤਗੜੇ ਹੋ ਕੇ ਕੰਮ ਦੋਨਾਂ ਨੇ ਸਾਂਭਿਆ, ਅਤੇ ਮੈਨੂੰ ਇਸਲੇ ਮੌਜ ਲੱਗੀ ਹੋਈ ਆ, ਮੈਂ ਆਪਣਾ ਕੰਮ ਕਰੀ ਜਾਂਦਾ, ਬੇਟੇ ਨੂੰ ਦੇਈ ਜਾਂਦਾ, ਇਹ ਉੱਥੇ ਆਪੇ ਮੁੱਲ ਪਾ ਲੈਂਦਾ ਅਤੇ ਆਪੇ ਵੇਚ ਲੈਂਦਾ। ਵਰਾਇਟੀ ਕਿਹੜੀ ਕਿਹੜੀ ਤਿਆਰ ਕਰਦੇ ਹੋ? ਤੁਹਾਨੂੰ ਮੈਨੂੰ ਪਤਾ ਲੱਗਾ ਭੰਗੜੇ ਦਾ ਜਿਹੜਾ ਸਮਾਨ ਹੁੰਦਾ ਉਹ ਵੀ ਤੁਸੀਂ ਤਿਆਰ ਕਰਦੇ ਹੋ, ਭੰਗੜੇ ਦੇ ਵਿੱਚ ਕਿਹੜਾ ਕਿਹੜਾ ਸਮਾਨ ਤਿਆਰ ਕਰਦੇ ਹੋ, ਅਤੇ ਜਾਂ ਫਿਰ ਡਾਂਗਾਂ ਦੀ ਗੱਲ ਕਰ ਲਈ ਜਾਵੇ ਤਾਂ ਕਿਹੜੀ ਕਿਹੜੀ ਵਰਾਇਟੀ ਤਿਆਰ? ਦੇਖੋ ਜੀ, ਭੰਗੜੇ 'ਚ ਮੈਂ ਤੁਹਾਨੂੰ ਬਾਅਦ ਵੀ ਦੱਸਿਆ ਸੀ, ਇੱਕ ਸੱਪਖ ਤਿਆਰ ਕਰਦੇ ਹਾਂ, ਇੱਕ ਖੂੰਡਾ ਤਿਆਰ ਕਰਦੇ ਹਾਂ, ਇੱਕ ਗਾਲੜ ਤਿਆਰ ਕਰਦੇ ਹਾਂ, 3 ਚੀਜ਼ਾਂ ਇਹ ਭੰਗੜੇ ਦੀਆਂ ਅਹਿਮ ਹੁੰਦੀਆਂ ਨੇ। ਉਸ ਤੋਂ ਬਾਅਦ ਜਿਹੜਾ ਵਾ ਉਹ ਅਸੀਂ ਗੁੱਜਰਾਂ ਦੇ ਡੰਗਰਾਂ ਚਾਰਨ ਵਾਸਤੇ ਸੋਟੀਆਂ ਜਿਹੜੀਆਂ ਉਹ ਬਣਾਉਂਦੇ ਹਾਂ, ਉਹ ਇੱਥੋਂ ਤੱਕ ਬਣਾਉਂਦੇ ਹਾਂ ਕਿ ਉਹ ਜੰਮੂ ਤੱਕ ਜਾਂਦੀਆਂ ਨੇ, ਹਾਂਜੀ, ਅਸੀਂ ਬ੍ਰਹਮਪੁਰ ਤੱਕ ਦੁਕਾਨਦਾਰ ਲੁਹਾਰਾਂ ਨੂੰ 40-40, 50-50 ਇਕੱਠੀਆਂ ਵੀ ਦੇ ਦਿੰਦੇ ਹਾਂ। ਅਤੇ ਅੱਜ ਤੋਂ ਕੋਈ ਪਹਿਲਾਂ 5-7 ਸਾਲ ਮੈਂ ਇੱਕ ਹੀ ਮੈਂਬਰ ਰੱਖਿਆ ਸੀ ਜਿਹਨੂੰ ਮੈਂ ਦਿੰਦਾ ਸੀ ਦੀਨਾ ਨਗਰ ਦਾ, ਅਤੇ ਹੁਣ ਫਿਰ ਬੇਟਾ ਕਹਿਣ ਲੱਗਾ ਕਿ ਅਸੀਂ ਸਾਰਿਆਂ ਨੂੰ ਦੇਣਾ, ਅਸੀਂ ਬਹੁਤਾ ਬਣਾਉਣਾ ਅਤੇ ਅਸੀਂ ਬਹੁਤਾ ਦੇਣਾ, ਹੁਣ ਸਾਰੇ ਬਹੁਤਾ ਬਣਦਾ ਵਾ, ਮੇਰਾ ਵੀ ਦਿਲ ਲੱਗਾ ਰਿਹਾ। ਕਦੀ ਸਰਕਾਰ ਤੱਕ ਵੀ ਸਮਾਨ ਪਹੁੰਚਿਆ ਤੁਹਾਡਾ, ਜਾਂ ਸਰਕਾਰ ਨੇ ਵੀ ਕਦੀ ਆਪਣਾ ਤੁਹਾਡਾ ਸਮਾਨ ਖਰੀਦਣ ਦੀ ਕੋਸ਼ਿਸ਼ ਕੀਤੀ? ਦੇਖੋ ਜੀ, ਸਰਕਾਰ ਨੇ ਇਸ ਤਰ੍ਹਾਂ ਕੀਤਾ ਕਿ ਜਦੋਂ ਭਗਵੰਤ ਮਾਨ ਜੀ ਦਾ ਪ੍ਰੋਗਰਾਮ ਸੀ ਨਾ, ਅਤੇ ਉਹਨਾਂ ਦਾ ਉਹ ਕੀ ਕਹਿੰਦੇ, ਕੀ ਨਾਂ ਉਹਦਾ, ਖੇਡੋ ਪੰਜਾਬ ਦੇ ਵਿੱਚ ਜਿਹੜਾ ਮੁਖੀ ਸੀ, ਜਿਹਨੇ ਭੰਗੜੇ ਭੁੰਗੜੇ ਦਾ ਸਮਾਨ ਇਕੱਠਾ ਕਰਕੇ ਦੇਣਾ ਸੀ, ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਸਾਨੂੰ ਇੱਦਾਂ ਸੱਪ ਦੇ ਗਾਲੜ ਚਾਹੀਦੇ ਆ, ਅਤੇ ਐਟ ਏ ਟਾਈਮ ਚਾਹੀਦੇ ਆ, ਅਤੇ ਕਿੰਨੀ ਕੁ ਕੁਆਂਟੀ ਚਾਹੀਦੀ ਆ? ਕਹਿਣ ਲੱਗੇ ਵੀ ਸਾਨੂੰ 400 ਪੀਸ ਚਾਹੀਦਾ। ਇਹਨੇ ਕਿਹਾ ਵੀ ਅਸੀਂ ਦੇ ਦਾਂਗੇ, ਇਹਨੇ ਕਿਹਾ ਬਾਬਾ ਕਿਸ ਤਰ੍ਹਾਂ ਕਿੱਦਾਂ ਵਾ, ਮੈਂ ਬੇਟਾ ਇੰਨਾ ਕਦੇ ਮੈਂ ਤਿਆਰ ਕਰਕੇ ਰੱਖਿਆ ਹੀ ਆ, ਹਾਂਜੀ। ਉਹ ਫਿਰ 400 ਪੀਸ ਅਸੀਂ ਇੱਥੋਂ ਉਹਨੂੰ ਭੇਜਿਆ, ਉੱਥੇ ਉਸ ਟਾਈਮ ਬਾਰਿਸ਼ ਹੋ ਰਹੀ ਸੀ, ਰਾਤ ਦਾ ਫੰਕਸ਼ਨ ਸੀ, ਉਹਦੇ ਉੱਤੇ ਉਹਨਾਂ ਨੇ ਉਹ ਖੁੰਡੇ ਦੇ ਉੱਤੇ ਨਾ ਫਿਰ ਲੜੀਆਂ ਜਗਨ ਵਾਲੀਆਂ ਚਾਈਨਾ ਉਹ ਲਾਤੀਆਂ, ਉਹਦੇ ਨਾਲ ਰਾਤ ਦੇ ਪ੍ਰੋਗਰਾਮ ਵਿੱਚ ਹੋਰ ਜਿਹੜਾ ਭੰਗੜੇ ਦਾ, ਅਤੇ ਭੰਗੜਾ ਤੁਹਾਨੂੰ ਪਤਾ ਜਦੋਂ ਢੋਲ 'ਤੇ ਵੱਜੇ ਅਤੇ ਕੁਦਰਤੀ ਨੱਚਣ ਵਾਲਾ ਜਿਹੜਾ ਉਹਨੇ ਤਾਂ ਨੱਚਣਾ ਹੀ ਆ, ਦੂਜਾ ਬੰਦਾ ਤਾਂ ਰਹਿ ਨਹੀਂ ਸਕਦਾ। ਅਤੇ ਤੀਜਾ, ਮੈਂ ਗਤਕੇ ਦਾ ਵੈਸੇ ਖਿਡਾਰੀ ਸਾਂ, ਗਤਕੇ ਦਾ ਖਿਡਾਰੀ ਹਾਂ ਕਿ ਤਕਰੀਬਨ 47 ਬੱਚੇ ਮੇਰੇ ਕੋਲ ਸਿੱਖੇ ਸੀ, ਅਤੇ ਉਦੋਂ ਮੇਰੀ 47 ਸਾਲ ਉਮਰ ਵੀ ਨਹੀਂ ਸੀ, ਅਤੇ ਜਦੋਂ ਗੁਰਦੁਆਰੇ ਸਾਨੂੰ ਸਨਮਾਨ ਕਰਦੇ ਸੀ, ਸਾਡੇ ਗੱਲ 'ਚ ਸਰੋਪਾ ਪਾਉਂਦੇ ਸੀ, ਅਤੇ ਇੱਦਾਂ ਗਦ ਗਦ ਹੋਈਦਾ ਸੀ, ਅਤੇ ਕਲਗੀਆਂ ਵਾਲੇ ਦਾ ਨਜ਼ਾਰਾ ਆ ਜਾਂਦਾ ਸੀ ਵੀ ਵਾਹ ਕਲਗੀਆਂ ਵਾਲਿਆ, ਕਿਆ ਕਹਿਣੇ ਆ ਤੇਰੇ ਜੀ। ਬਿਲਕੁਲ, ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਆਪਣਾ ਪਰਿਵਾਰ ਨੂੰ ਇਸੇ ਕੰਮ ਤੋਂ ਪਾਲਿਆ, ਅਤੇ ਹਾਲੇ ਵੀ ਮਿਹਨਤ ਕਰ ਰਹੇ ਨੇ, 64 ਸਾਲ ਤੋਂ ਉੱਤੇ ਦੀ ਉਮਰ ਹੋ ਗਈ ਆ, ਹਾਲੇ ਵੀ ਇਸੇ ਕੰਮ ਨੂੰ ਇਹ ਅੰਜਾਮ ਦੇ ਰਹੇ ਨੇ, ਅੱਗੇ ਪਹੁੰਚਾ ਰਹੇ ਨੇ, ਆਪਣੇ ਬੱਚਿਆਂ ਨੂੰ ਵੀ ਇਹ ਕੰਮ ਸਿਖਾਇਆ। ਇਹਨਾਂ ਦਾ ਵੱਡੇ ਬੇਟੇ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ, ਕੀ ਨਾਮ ਆ ਜੀ ਆਪਣਾ? ਗਗਨਦੀਪ ਸਿੰਘ। ਗਗਨਦੀਪ ਜੀ, ਕਿਸ ਤਰ੍ਹਾਂ ਲੱਗਦਾ ਆਪਣੇ ਫਾਦਰ ਦੇ ਕੰਮ ਨੂੰ ਅੱਗੇ ਅੱਗੇ ਚਲਾ ਰਹੇ ਹੋ ਤੁਸੀਂ? ਬਟਾਲੇ ਤੋਂ ਲੈ ਕੇ ਜੰਮੂ ਤੱਕ ਇੱਕ ਹੀ ਕਾਰੀਗਰ ਨੇ ਤੁਹਾਡੇ ਫਾਦਰ ਜਿਹੜੇ ਸਮਾਨ ਤਿਆਰ ਕਰਦੇ? ਸਾਡੇ ਕੋਲ ਭੰਗੜੇ ਦੇ ਪ੍ਰੋਪ, ਆਲ ਪ੍ਰੋਪ
ਬਜ਼ੁਰਗਾਂ ਦੇ ਫੜਨ ਵਾਲੀਆਂ ਖੁੰਡੀਆਂ ਸਾਰੀਆਂ ਔਲ ਅਲਮੀਨੀਅਮ ਆਇਰਨ ਵੂਡਨ ਉਸ ਤੋਂ ਬਾਅਦ ਜੀ ਗੁੱਜਰਾਂ ਦੀਆਂ ਲਾਠੀਆਂ ਨਿਹੰਗਾ ਸਿੰਘਾਂ ਦੇ ਸ਼ਸਤਰ ਸਾਰੇ ਆਲਰੇਡੀ ਅਸੀਂ ਤਿਆਰ ਕਰਦੇ ਹਾਂ ਅਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਸਾਡੇ ਫਾਦਰ ਨੇ ਸਾਨੂੰ ਇੰਨਾ ਵਧੀਆ ਕੰਮ ਮਤਲਬ ਦਿੱਤਾ ਵਾ। ਅਤੇ ਇਹ ਬਾਕੀ ਕਾਰੀਗਰ ਕਿਉਂ ਇਹ ਕੰਮ ਨੂੰ ਛੱਡ ਰਹੇ ਆ, ਜਦਕਿ ਮੈਂ ਜਿੱਥੋਂ ਪਤਾ ਲੱਗਾ ਕਿ ਇੱਕ ਬਾਬਾ ਸੁਰਿੰਦਰ ਸਿੰਘ ਹੀ ਨੇ ਜਿਹੜੇ ਬਟਾਲੇ ਤੋਂ ਲੈ ਕੇ ਜੰਮੂ ਤੱਕ ਇੱਕ ਹੀ ਕਾਰੀਗਰ ਨੇ ਇਸ ਕੰਮ ਦੇ ਰਹਿ ਗਏ, ਬਾਕੀ ਕਾਰੀਗਰ ਕਿਉਂ ਇਹ ਕੰਮ ਨੂੰ ਛੱਡ ਕੇ ਇਗਨੋਰ ਕਰ ਗਏ ਨੇ ਜਾਂ ਫਿਰ ਪਿੱਛੇ ਹਟ ਗਏ? ਭਾਅ ਜੀ ਪੰਜਾਬ ਦੇ ਮੁੰਡੇ ਕੰਮ ਕਰਕੇ ਰਾਜ਼ੀ ਨਹੀਂ ਆ, ਬਾਹਰ ਬਾਹਰ ਜਾ ਰਹੇ ਸਾਰੇ, ਆਪਣਾ ਕੰਮ ਕੋਈ ਕਰਕੇ ਨਹੀਂ ਰਾਜ਼ੀ ਹੈਗਾ, ਹੱਥ ਹੱਥ ਦੀ ਦਸਤ ਮਤਲਬ ਕੋਈ ਕਰਕੇ ਨਹੀਂ ਰਾਜ਼ੀ ਹੈਗਾ, ਇਸ ਕਰਕੇ ਅਸੀਂ ਇਹ ਕੰਮ ਕਰ ਲੈਂਦੇ ਹਾਂ ਪਰ ਅੱਗੋਂ ਵੀ ਗਾਂਹ ਵੀ ਕਰਾਂਗੇ। ਅਤੇ ਲੱਗਦਾ ਫਿਰ ਜਿਹੜੀ ਤੁਹਾਡੀ ਮਿਹਨਤ ਆ ਜਾਂ ਤੁਹਾਡੇ ਫਾਦਰ ਦੀ ਮਿਹਨਤ ਆ ਉਹਦਾ ਪੂਰਾ ਸਹੀ ਮੁੱਲ ਪੈਂਦਾ ਗ੍ਰਾਹਕ ਜਦੋਂ ਆਉਂਦਾ ਜਾਂ ਮੁੱਲ ਪਾਉਂਦੇ? ਹਾਂਜੀ ਹਾਂਜੀ ਠੀਕ ਆ। ਕਿੰਨੀ ਕੁ ਸਸਤੀ ਤੋਂ ਸਸਤੀ ਡਾਂਗ ਜੇ ਕਹਿ ਲਈਏ ਅਤੇ ਕਿੰਨੀ ਕੁ ਮਹਿੰਗੀ ਤੋਂ ਮਹਿੰਗੀ ਡਾਂਗ ਤਿਆਰ ਕਰ? 80 ਰੁਪਏ ਤੋਂ ਲੈ ਕੇ 3000 ਤੱਕ ਮਿਲ ਜਾਏਗੀ। ਅਤੇ ਫਰਕ ਕੀ ਹੁੰਦਾ ਉਹਨਾਂ ਸਾਰੀਆਂ ਦੇ ਵਿੱਚ? ਵਿਚਲੇ ਮਟੀਰੀਅਲ ਦਾ, ਠੀਕ ਹੈ, ਥੱਲੇ ਵਾਲੇ ਮਟੀਰੀਅਲ 'ਚ ਲੋਹੇ ਵਾਲਾ ਮਟੀਰੀਅਲ ਲੱਗੇਗਾ, ਉਸ ਤੋਂ ਉੱਪਰ 'ਚ ਆ ਜਾਏਗਾ ਪਿੱਤਲ ਦਾ ਮਟੀਰੀਅਲ, ਉਸ ਤੋਂ ਉੱਪਰ ਚਾਂਦੀ ਦਾ ਵਰਕ ਵੀ ਕਰੀਦਾ ਵਾ। ਜੇ ਕੋਈ ਆਰਡਰ ਦੇਵੇ ਮੰਨ ਲਓ ਕੋਈ ਕਹਿ ਦਿੰਦਾ ਕਿ ਮੈਨੂੰ 10 ਡਾਂਗਾਂ ਚਾਹੀਦੀਆਂ ਨੇ ਪਿੱਤਲ ਦਾ ਵਰਕ ਕੀਤਾ ਹੋਇਆ ਚਾਹੀਦਾ ਤੇ ਕਿੰਨਾ ਸਮਾਂ ਲੱਗੇਗਾ 10 ਡਾਂਗਾਂ ਨੂੰ ਤਿਆਰ ਕਰਨ? ਅਸੀਂ ਸਾਡਾ 1 ਵੀਕ ਦਾ ਟਾਈਮ ਹੁੰਦਾ ਜੀ, ਠੀਕ ਹੈ, ਔਰ 1 ਵੀਕ ਦਾ ਟਾਈਮ ਲੈ ਕੇ ਕੰਮ ਕਰਦੇ, ਇਸ ਤੋਂ ਘੱਟ ਆਪਣੇ ਕੋਲ ਕਿਉਂਕਿ ਆਪਣੇ ਕੋਲ ਲੋਡ ਹੁੰਦਾ ਕੰਮ ਦਾ ਜ਼ਿਆਦਾ, ਇੱਕ ਹਫ਼ਤੇ ਦਾ ਹਰ ਗਾਹਕ ਉਸੇ ਟਾਈਮ ਆ ਸਾਡੇ ਕੋਲ। ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਬਟਾਲਾ ਦੇ ਵਿੱਚ ਖਾਲਸਾ ਕਿਰਪਾਨ ਸਟੋਰ ਦੇ ਨਾਂ 'ਤੇ ਇਹ ਦੁਕਾਨ ਜਿਹੜੀ ਆ ਬਾਬਾ ਸੁਰਿੰਦਰ ਸਿੰਘ ਜੋ ਕਿ 64 ਸਾਲ ਦੀ ਤੋਂ ਉੱਤੇ ਦੀ ਉਮਰ ਹੋ ਚੁੱਕੀ ਹੈ ਅਤੇ ਹਾਲੇ ਵੀ ਇਸ ਕੰਮ ਨੂੰ ਕਰ ਰਹੇ ਨੇ। ਡਾਂਗਾਂ ਜਿਹੜੀਆਂ ਕਿ ਪੰਜਾਬੀਆਂ ਦੇ ਘਰਾਂ ਦੀਆਂ ਸੋਭਾ ਨੇ, ਇਸ ਤਰੀਕੇ ਦੀਆਂ ਕਹਿੰਦੇ ਨੇ ਕਿ 80 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੀ ਡਾਂਗ ਜਿਹੜੀ ਆ ਇਹਨਾਂ ਬਾਬਾ ਸੁਰਿੰਦਰ ਸਿੰਘ ਹਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਅਤੇ ਭੰਗੜੇ ਦਾ ਸਮਾਨ ਜਿਹੜਾ ਕਿ ਸਾਡੇ ਪੰਜਾਬੀਆਂ ਦੀ ਸ਼ਾਨ ਕਿਹਾ ਗਿਆ ਹੈ ਭੰਗੜਾ, ਉਹਦਾ ਸਾਰਾ ਸਮਾਨ ਵੀ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ, ਬਟਾਲਾ ਦੇ ਵਿੱਚ ਤਿਆਰ ਕਰਦੇ ਹਨ ਅਤੇ ਪੂਰੇ ਪੰਜਾਬ ਸਮੇਤ ਦੇਸ਼ ਦੇ ਹਰ ਇਲਾਕੇ 'ਚ ਇਹਨਾਂ ਦੇ ਕੋਲੋਂ ਸਮਾਨ ਜਿਹੜਾ ਸਪਲਾਈ ਹੁੰਦਾ ਹੈ। ਅਤੇ ਜੇ ਕਿਤੇ ਪੰਜਾਬ ਗਵਰਨਮੈਂਟ ਨੂੰ ਆਪਣੇ ਪ੍ਰੋਗਰਾਮਾਂ ਲਈ ਕੋਈ ਸਮਾਨ ਚਾਹੀਦਾ ਹੁੰਦਾ ਭੰਗੜੇ ਵਾਸਤੇ ਤਾਂ ਉਹ ਵੀ ਇਹਨਾਂ ਨੂੰ ਆਰਡਰ ਦੇ ਕੇ ਇੱਥੋਂ ਤਿਆਰ ਕਰਵਾ ਕੇ ਖੜਦੇ ਹਨ। ਜ਼ਰੂਰਤ ਹੈ ਐਸੇ ਬਜ਼ੁਰਗਾਂ ਵੱਲ ਦੇਖ ਕੇ ਆਪਣੇ ਜੀਵਨ 'ਚ ਸੇਧ ਲੈਣ ਦੀ ਅਤੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦੀ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।